ਹੈਲੋ ਫਰੈਂਡਸ, ਕਿਵੇਂ ਸਾਰੇ? ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ ਗੁਰਸੀਰਤ ਚੀਮਾ। ਅਤੇ 2 ਦਿਨਾਂ ਬਾਅਦ ਮੇਰਾ ਇਹ ਸਾਇੰਸ ਦਾ ਹਾਫ ਈਅਰਲੀ ਐਗਜ਼ਾਮ, ਅਤੇ ਉਹਦੀ ਪ੍ਰਿਪਰੇਸ਼ਨ ਕਰਨ ਵਾਸਤੇ ਮੈਂ ਅੱਜ ਦੀ ਮਾਰ ਰਹੀ ਛੁੱਟੀ ਸਕੂਲ ਤੋਂ। ਅਤੇ ਫਤਿਹ ਅੱਜ ਪਤਾ ਨਹੀਂ ਬਿਨਾਂ ਲੜੇ ਬਿਨਾਂ ਰੋਏ ਸਕੂਲ ਤੁਰ ਗਿਆ ਚੁੱਪ ਚਾਪ। ਮੈਨੂੰ ਤਾਂ ਸਮਝ ਨਹੀਂ ਆ ਰਹੀ ਉਹ ਕਿਵੇਂ ਗਿਆ, ਬਟ ਚਲੋ ਛੱਡੋ, ਹੁਣ ਮੈਂ ਆਪਣੀ ਪ੍ਰਿਪਰੇਸ਼ਨ ਕਰਨੀ ਆ। ਸੋ ਇੱਕ ਵਾਰ ਤੇ ਅੜ ਗਿਆ ਸੀ ਮੁੜ ਕੇ, ਫਿਰ ਤੁਸੀਂ ਸਰ ਨੇ ਕਦੋਂ ਆਣਾ? ਮੈਸੇਜ ਤੇ ਕੀਤਾ, ਕਹਿੰਦੇ ਨੇ ਕਿ ਆਣਾ ਥੋੜੀ ਦੇਰ ਤੱਕ। ਠੀਕ ਹੈ, ਚਲ ਆਪ ਕਰ ਉਹਨਾਂ ਟਾਈਮ। ਠੀਕ ਹੈ ਫਰੈਂਡਸ, ਮੈਂ ਆਪਣਾ ਸਾਇੰਸ ਦਾ ਇੱਕ ਚੈਪਟਰ ਤੇ ਕਰ ਲਿਆ ਹੈ, ਤੇ ਮੈਂ ਥੋੜੀ ਜਿਹੀ ਬ੍ਰੇਕ ਲੈਣ ਵਾਸਤੇ ਬਾਹਰ ਆਈ ਸੀ। ਤੇ ਬਾਹਰ ਮੀਂਹ ਇੰਨਾ ਤੇਜ਼ ਪੈਂਦਾ ਪਿਆ, ਬੇਚਾਰੇ ਸਾਰੇ ਕੰਮ ਕਰਨ ਵਾਲੇ ਉੱਥੇ ਬਾਹਰ ਬੈਠੇ ਹੋਏ ਨੇ, ਰੈਸਟ ਫਰਮਾ ਰਹੇ ਨੇ। ਕੀ ਕਰਨ ਲੱਗੇ ਹੁਣ? ਹੁਣ 2 ਮਿੰਟ ਬ੍ਰੇਕ ਲੈ ਕੇ ਫਿਰ ਕਰ ਲਿਆ ਫਿਰ ਅਗਲਾ ਚੈਪਟਰ। ਠੀਕ ਹੈ, ਸਰ ਨੇ ਇਹਨੂੰ ਅੱਜ 3 ਵਾਰ ਪੜ੍ਹਾਉਣਾ। 1 ਵਾਰ ਇਹ ਟਿਊਸ਼ਨ ਜਾ ਚੁੱਕੀ ਹੈ, ਸਵੇਰੇ ਕਿੰਨੇ ਵਜੇ ਗਈ ਸੀ? 8 ਵਜੇ। 8 ਵਜੇ ਤੋਂ 11 ਵਜੇ ਆਈ ਸੀ ਨਾ ਘਰ? ਨਹੀਂ, 10 ਵਜੇ 10 ਵਜੇ ਆਈ ਸੀ। ਅਤੇ ਹੁਣ ਸਾਨੂੰ 12 ਵਜੇ ਨੇ ਵਲੋਗ ਸਟਾਰਟ ਕਰਦੇ ਹਾਂ, ਅਤੇ ਹੁਣ ਇਹਦਾ 11 ਵਜੇ ਦਾ ਦੁਬਾਰਾ ਟਾਈਮ ਸੀ ਟਿਊਸ਼ਨ ਦਾ, ਬਟ ਬਾਰਿਸ਼ ਕਰਕੇ ਪੰਗਾ ਪੈ ਗਿਆ। ਲੰਮੇ ਸਾਈਡ 'ਤੇ ਕਰਨੀ ਹੈ, ਪਰ ਮੈਨੂੰ ਪਤਾ ਨਹੀਂ ਕਿੰਨੀ ਵਾਰੀ ਪੋਚਾ ਲਾਉਣਾ ਪੈ ਰਿਹਾ। ਅੱਜ ਔਖਾ ਹੋ ਗਿਆ, ਸਾਡੇ ਘਰ 'ਤੇ ਬੜਾ ਬੁਰਾ ਹਾਲ ਹੋ ਗਿਆ। ਸਿਰ ਧਿਆਨ ਨਾਲ, ਦਾਦੀ ਮੰਮਾ ਕਿੱਥੇ ਨੇ? ਦਾਦੀ ਮੰਮਾ? ਅੱਛਾ, ਪਾਣੀ ਸਾਰਾ ਹੀ ਕਿਤੋਂ ਲੰਘਣ ਦਾ ਰਸਤਾ ਹੀ ਬੰਦ ਹੋ ਗਿਆ, ਕਿਹੜਾ ਫੋਨ ਨਾ ਭੇਜੋ। ਮੰਮੀ ਵੀ ਲੱਗੇ ਨੇ, ਬਸ ਪਾਪਾ ਆ ਲੈਣ। ਪਾਪਾ ਆਉਂਦੇ ਆ। ਮੇਰੀ 1 ਦਿਨ ਦੀ ਤੀਸਰੀ ਟਿਊਸ਼ਨ ਲੱਗਣ ਲੱਗੀ ਹੁਣ, ਪੇਪਰ ਐਗਜ਼ਾਮ ਨੇ, ਐਗਜ਼ਾਮ 9th ਕਲਾਸ ਦਾ। ਅਤੇ ਆ ਗਏ ਨੇ ਪਾਪਾ ਕਿ ਨਹੀਂ? ਉਹ ਆ ਗਏ ਸੀ, ਪਤਾ ਨਾ ਤਾਂ ਕਰ ਨਾ ਤਾਂ ਕਰ। ਅਸੀਂ ਚੱਲਿਆ ਮਾਰਕੀਟ, ਥੋੜੇ ਜਿਹੇ ਪਾਰਸਲ ਆਣੇ ਸਨ, ਤੇ ਮੈਂ ਚੱਲੀ ਆ ਟਿਊਸ਼ਨ। ਸਿਰ ਤਾਂ ਜੀ ਮਾਰਕੀਟ ਨਹੀਂ ਜਾ ਰਹੀ, ਕਿਉਂਕਿ ਇਹਦਾ ਸਟੱਡੀ ਦਾ ਟਾਈਮ ਹੈ ਅੱਜ, ਫਤਿਹ ਜਾਏਗਾ। ਚਿਕੂ, ਦਾਦੀ ਮੰਮਾ ਬੁਲਾਉਂਦੇ ਪਏ ਨੇ, ਜਾਓ। ਹਾਂ ਮੰਮੀ ਵੀ ਨਹੀਂ ਜਾ ਰਹੇ। ਚਿਕੂ ਜਾਓ, ਇਹਨੂੰ ਪਤਾ ਸੀ ਜਾਣਾ, ਤੇ ਹੁਣ ਨਾਲ ਹੀ ਰੇਡੀ ਹੋਇਆ ਪਿਆ, ਲੇਟ ਹੋ ਜਾਣਾ। ਕੀ ਹੋਇਆ ਜੀ? ਅੱਜ ਅਸੀਂ ਕੁਛ ਸਪੈਸ਼ਲ ਲੈਣ ਜਾ ਰਹੇ ਹਾਂ, ਹਨਾ, ਕਿਸੇ ਸਪੈਸ਼ਲ ਚੀਜ਼। ਉਹਨਾਂ ਅਗਲੇ ਵਲੌਗ ਤੇ ਚੱਲੇਗਾ। ਹਾਂ ਸਹੀ ਗੱਲ ਹੈ ਗਾਇਸ, ਸੀਟ ਤੋਂ ਤੁਰ ਗਈ ਕਿ ਪਾਪਾ ਲੇਟ ਹੋ ਗਏ ਸਨ ਇਸਨੇ ਸ਼ਹਿਰ। ਯਾਰ ਇਹਨੇ ਕੋਰੀਅਰ ਨੂੰ ਮੈਂ ਫਿਰ ਟਾਈਮ ਲੱਗੇਗਾ। ਪਲੀਜ਼ ਦੇਖੀ, ਵਾਹਿਗੁਰੂ ਸਭ ਸ਼ੁਕਰ ਕਰੀਦਾ ਹੁੰਦਾ ਜ਼ਿਆਦਾ ਕੋਰੀਅਰ ਹੋਣ। ਤੁਸੀਂ ਲੇਟ ਬੜੇ ਆਏ ਜੀ ਮਾਂ ਜੀ, ਟਾਈਮ ਕਾ ਤੂੰ ਇੰਨਾ ਲਾਦਾ ਵਿਚਾਰੀ ਸੀਰਤ, ਫਿਰ ਦਾਦੂ ਛੱਡ ਕੇ ਆਏ ਨੇ। ਟਾਈਮ ਤੇ ਗੱਡੀ ਕੱਢਣ ਦਾ ਟਾਈਮ ਤੇ ਲੱਗਣਾ ਹੀ ਸੀ। ਠੀਕ ਹੈ, ਉਹ ਚਲੀ ਗਈ, ਉਹ ਲੇਟ ਹੋ ਰਹੀ ਸੀ, ਸਾਰ ਗੁੱਸੇ ਹੁੰਦੇ ਨੇ ਫਿਰ। ਚਲੋ ਅੱਜ ਸੀਰਤ ਬਿਨਾ, ਹਾਂ ਡੈਡੀ ਹੁਣੇ ਛੱਡ ਕੇ ਆਏ ਸਨ। ਹਾਂ ਵੀ ਚੋਬਰ, ਤੂੰ ਵੀ ਪੜਨਾ ਪੜਨਾ ਹੀ ਕੀ, ਪਸੀਨਾ ਪਸੀਨਾ ਹੋ ਗਿਆ ਅੱਜ ਤੇ, ਬਿਲਕੁਲ ਵੀ ਨਹੀਂ ਪੜਿਆ ਹੈਗਾ। ਉੱਕਾ ਵੀ ਕੱਲ ਛੁੱਟੀ, ਕੱਲ ਪੜਾਵਾਂ। ਅੱਜ ਨਹੀਂ ਪੜਿਆ ਤੇ ਕੱਲ ਛੁੱਟੀ ਵਾਲੇ ਦਿਨ ਕੀ ਪੜੇ? ਨਹੀਂ ਉੱਥੇ ਪੜਾਵਾਂਗੀ ਕੱਲ ਪੂਰਾ ਦਿਨ। ਹਾਂ ਬੱਚਾ ਪੜ੍ਹ ਕੇ ਪੜਿਆ ਕਰ, ਬੱਚੀ ਧਿਆਨ ਦੇ। ਗਾਇਸ ਅਸੀਂ ਆ ਗਏ ਰੈਡ ਟੇਪ ਤੇ, ਤੇ ਸਭ ਤੋਂ ਪਹਿਲਾਂ ਮੈਂ ਆਪਣੇ ਸਕੂਲ ਸ਼ੂਜ਼ ਲੈਣੇ ਨੇ, ਕਿਉਂਕਿ ਮੇਰੇ ਸਕੂਲ ਸ਼ੂਜ਼ ਖਰਾਬ ਹੋ ਗਏ ਨੇ। ਤੇ ਚਲੋ ਚਲੋ, ਮੇਰੇ ਕੱਪੜੇ ਉਤਰ ਜਿਹੜੀ ਇੱਧਰ ਆ, ਇੱਧਰ ਨਾ ਵੇਖ ਕੇ ਬੱਚੀ।
ਉਹ ਤੇ ਮੈਨੂੰ ਜ਼ਿਆਦਾ ਵੱਡੀ ਲੱਗੀ ਨੀ ਜੀ ਮੈਂ ਜੀ ਇਹ ਜ਼ਿਆਦਾ ਵੱਡੇ ਜੀ ਲੱਗੇ ਨੇ ਟੋਰੀ ਵੱਡੀ ਲਓ ਫਾਈਨਲ ਹੋ ਗਿਆ ਫੱਤੇ ਦੇ ਸ਼ੂਜ਼ ਆਜੋ ਆਜੋ ਬੱਚੀ ਕੀ ਹੋਇਆ ਕਿੱਥੇ ਕਿੱਥੇ ਹੁੰਦੀ ਵੀ ਸੂਈ ਤਾਂ ਲਾ ਲਈ ਕਿਸੇ ਨੇ ਠੀਕ ਹੈ ਤਾਂ ਲੱਗ ਗਿਆ ਵੇਖ ਕੇ ਰੋਡ ਕਰੋਸ ਕਰਿਆ ਧਿਆਨ ਨਾਲ ਲੈ ਲਈ ਫਿਰ ਨਾ ਕਈ ਵੀ ਆਹ ਕੀ ਹੈ ਕਿੱਥੇ ਰੱਖਣ ਦੀ ਜਗ੍ਹਾ ਕੋਈ ਨੀ ਤੋੜ ਕੇ ਤੇ ਫਿਰ ਆਪਣਾ ਪੁਰਾਣੇ ਜਮਾਨੇ ਦੀ ਗੱਲਾਂ ਨੇ ਬਈ ਜਮਾਨਾ ਚੇਂਜ ਤੇ ਸਭ ਕੁਛ ਚੇਂਜ ਸਿਸਟਮ ਸਾਰੇ ਚੇਂਜ ਹੋਈ ਜਾਂਦੇ ਨੇ ਜੋ ਵੀ ਵਧੀਆ ਫੁੱਲ ਵਰ ਵੀਰੇ ਫੁੱਲ ਵੀ ਨਾ ਗੜਬੜ ਹੋਈ ਪਈ ਸਾਰੀ ਤੇ ਭਰਾ ਐਵੇਂ ਦੇ ਹੋਣੇ ਨੇ ਕਾਕੇ ਵੀਰ ਵਰਗੇ ਆ ਗਿਆ ਭਰਾ ਸਾਡਾ ਕੀ ਹੋ ਗਿਆ ਤੰਗ ਹੋ ਗਏ ਤੇ ਫਿਰ ਕੋਰੀਅਰ ਪੈਕ ਹੋਣ ਟਾਈਮ ਲੱਗਦਾ ਬਾਈ ਜ਼ਿਆਦਾ ਫਿਰ ਚੰਗੀ ਤਰ੍ਹਾਂ ਨਾ ਪੈਕ ਕਰਾਓ ਕੋਈ ਕਿਧਰੇ ਪਹੁੰਚੇ ਕੋਈ ਕਿਧਰੇ ਸਾਹਮਣੇ ਕਰਾਉਣਾ ਪੈਂਦਾ ਉਹਨਾਂ ਕੋਲ ਕਨਫਿਊਜ਼ ਤੈਨੂੰ ਪਤਾ ਇੰਨਾ ਲੋਡ ਹੈ ਉਹਨਾਂ ਕੋਲ ਸਾਰਾ ਦਿਨ ਤੇ ਚਲੋ ਹਾਂ ਵੀ ਕੀ ਲੈਣਾ ਫਤਿਹ ਨੇ ਫਤਿਹ ਨੇ ਕੱਲ੍ਹ ਕਰਨਾ ਇੱਕ ਬੜਾ ਹੀ ਵਧੀਆ ਇੰਟਰਸਟਿੰਗ ਜਿਹਾ ਚੈਲੰਜ ਸੋ ਉਹਦੇ ਕਰਕੇ ਫਤਿਹ ਕਰਨਾ ਸ਼ੋਪਿੰਗ ਇੱਥੋਂ ਲੈਣਾ ਸਮਾਨ ਹੁਣ ਕਲਰ ਕਿਹੜਾ ਉਹ ਤੁਹਾਨੂੰ ਬਾਅਦ 'ਚ ਦੱਸਾਂਗੇ ਜਦੋਂ ਬਣਾਵਾਂਗੇ ਹੈ ਨਾ ਫਤਿਹ ਤੋੜਨਾ ਨਹੀਂ ਬਾਸਕਿਟ ਸੀ ਤੂੰ ਆਪਣਾ ਤੁਸੀਂ ਗੈਸ ਕਰਿਆ ਜੇ ਅਸੀਂ ਸ਼ੋਪਿੰਗ ਕਰਾਂਗੇ ਅਤੇ ਕਲਰ ਤੁਸੀਂ ਗੈਸ ਕਰਨਾ ਵੀ ਕਿਹੜੇ ਕਲਰ ਦਾ ਅਸੀਂ ਚੈਲੰਜ ਕਰ ਰਹੇ ਹਾਂ ਸੋ ਸਟਾਰਟ ਕਰਨੇ ਆਪਾਂ ਚਲੋ ਫਸਟ ਚਲੋ ਪਾਓ ਫਰਿੱਜ ਫਰਿੱਜ ਤਾਂ ਕੀ ਕਰਨਾ ਘਰ ਜਾ ਕੇ ਠੰਡੀ ਕਰਾਂਗੇ ਫਤਿਹ ਇੱਧਰ ਆ ਜਾ ਕੀ ਲਿਆਈ ਵਿਖਾਈ ਕੱਚਾ ਮੈਂਗੋ ਬੜੇ ਕੱਚਾ 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 ਵਾਪੜ ਪੱਕਾ ਵਾਪੜ ਲੈ ਲੈ ਬੱਚੀ ਜੋ ਵੀ ਲੈਣਾ ਕੀ ਰਹਿ ਗਿਆ ਉਹ ਬਾਅਦ ਚੋਂ ਆ ਜਾ ਲੈ ਆਉਣਾ ਕੀ ਲੈਣਾ ਜੀ ਉਹ ਲੈ ਲੈ ਛੋਟਾ ਲੈ ਲੈ ਬੱਚੀ ਚਿਪਸ ਚੁਪ ਜ਼ਿਆਦਾ ਨਹੀਂ ਖਾਣੇ ਆਪਾਂ ਛੋਟਾ ਲੈ ਲੈ ਅਲੱਗ ਚੀਜ਼ਾਂ ਅਲੱਗ ਅਲੱਗ ਚੈੱਕ ਕਰਨੀਆਂ ਚਾਹੀਦੀਆਂ ਨੇ ਬਈ ਡਿਫਰੈਂਟ ਚੀਜ਼ ਹੋਏ ਹਨਾ ਜਿਹਨੂੰ ਖਾਓ ਤੇ ਫੀਲਿੰਗ ਡਿਫਰੈਂਟ ਆਏ ਸੇਮ ਸੇਮ ਚੀਜ਼ਾਂ ਖਾ ਖਾ ਕੇ ਤੇ ਕਰੀਮ ਤੇ ਬਰੋਕੋਲੀ ਅਲਟੀਮੇਟ ਟੇਸਟ ਹੋਏਗਾ ਵੱਡਾ ਲੈ ਲਓ
ਬੜਾ ਜ਼ਬਰਦਸਤ ਟੇਸਟ ਹੋਏਗਾ ਬਰੋਕਲੀ ਐਂਡ ਕਰੀਮ ਜ਼ਬਰਦਸਤ ਵਾਲਾ। ਪਾਪੜ ਲੈਣੇ ਬਈ ਪਾਪੜ, ਮੂੰਗ ਦਾਲ, ਮੂੰਗ ਪੰਜਾਬੀ ਪਾਪੜ ਹੈ, ਮੂੰਗ ਦਾਲ ਰੋਜ਼ਾਨਾ ਪਾਪੜ ਕੰਪਨੀ ਹੋ ਰਹੀ ਹੈ ਕੋਈ ਹੈ ਕੀ ਤਾਂ ਹੋਏਗੀ, ਠੀਕ ਹੋਏਗੀ, ਵੇਖ ਲਓ ਕੁਛ ਡਿਫਰੈਂਟ ਜਗ੍ਹਾ ਪਾਪੜਾ, ਸਾਰਾ ਪਾਪੜਾਂ ਦਾ ਹੋਈ ਖਾਖਰਾ ਰੋਸਟਿਡ ਬੀਟ ਕ੍ਰਿਸਪ ਨਹੀਂ ਹੈਣੀ ਕਿਹੜੇ ਨੇ ਆ, ਨਹੀਂ ਯਾਰ ਉਹ ਹੋਰ ਵੇਖੋ ਨਾ ਸਾਰਾ ਪਾਪੜਾ ਵਾਲਾ ਏਰੀਆ ਨਾ, ਪਾਪੜ ਛਾਂਟ ਕੇ ਲਓ ਵਧੀਆ ਕੰਪਨੀ ਦੇ ਲੈ ਯਾਰ, ਕੋਈ ਉਹ ਲਿਜਾ ਦੇ ਨਹੀਂ ਹੈਗੇ, ਬਸ ਜ਼ਿਆਦਾ ਮਿਰਚਾਂ ਜੀ ਦੇਣਾ, ਉੜਦ ਦਾਲ ਸਪੈਸ਼ਲ ਲਿਜਤ ਪਾਪੜ ਪੁਰਾਣੀ ਕੁਰਮ ਕੁਰਮ ਲਿਜਤ ਪਾਪੜ ਆ ਕੀ ਇਡਲੀ ਕੀ ਹਰੀ ਚਟਪਟੀ ਚਟਨੀ ਗ੍ਰੀਨ ਚਟਨੀ ਦਿੱਲੀ ਕੀ, ਮੈਂ ਕਿਹਾ ਇਡਲੀ ਗਈ ਦਿੱਲੀ ਕੀ ਹਰੀ ਚਟਨੀ ਹੈ ਡਾਬਰ ਆਹੋ ਡਾਬਰ ਏ ਡਾਬਰ ਲੈ ਲੋ ਲੈ ਲੋ ਫਤਿਹ ਲੈ ਲੋ ਫਰੂਟ ਸੈਕਸ਼ਨ ਨਹੀਂ ਯਾਰ ਮਨਿੰਦਰ ਸਹੀ ਨੇ ਨਹੀਂ ਆ ਫਰੈਸ਼ ਨੇ ਯਾਰ ਆ ਤੇ ਵੇਖ ਪੂਰੇ ਪੂਰੇ ਅੱਛਾ ਚਲੋ ਆ ਸਾਰੇ ਫਰੂਟ ਆਪਾਂ ਸਬਜ਼ੀ ਮੰਡੀ ਜਾਣਾ ਹੀ ਹੈ ਫਰੂਟ ਆਪਾਂ ਉੱਥੇ ਲਾਵਾਂਗੇ ਮੰਡੀ ਚੋਂ ਫਰੂਟ ਮਹਿੰਗਾ ਵੀ ਹੈ ਯਾਰ ਇਹਨਾਂ ਦਾ ਮੌਸਮੀ 59 ਨੇ ਇਹ ਅਨਾਨਾਸ 109 ਰੁਪਏ ਦਾ ਇੱਕ ਪੀਸ ਵੈਰੀ ਕੋਸਟਲੀ ਪਰਮੇਸ਼ਰ ਐਕਸਟਰਾ ਹਾਰਡ ਚੀਜ਼ ਹੁੰਦਾ 300 ਪਤਾ ਨੀ ਕਹਿਣਾ ਫਤਿਹ ਹਰੀ ਮੂੰਗ ਮੂੰਗ ਦਾਲ ਛਿਲਕਾ ਹੈ ਛਿਲਕੇ ਵਾਲੀ ਮੂੰਗ ਦਾਲ ਕੀ ਫਤਿਹ ਚੋਕਲੇਟ ਇਹ ਚੀਜ਼ਾਂ ਨੀ ਗੰਨਾ ਗੰਦ ਮੰਦ ਕੁਛ ਨੀ ਹੱਥ ਲਾਉਣ ਰਹਿੰਦੇ ਛੱਡ ਦੇ ਨਾ ਨਾ ਚੋਕੋ ਚੋਕ ਕੀ ਚੀਜ਼ ਚੱਲ ਪਈ ਰਹਿੰਦੇ ਇੱਥੇ ਕੋਈ ਨੀ ਟਰੋਲੀ ਕੋਈ ਨੀ ਛੇੜਦਾ ਰਹਿੰਦੇ ਕੋਈ ਨੀ ਛੇੜਦਾ ਰੱਖਦੇ ਬੱਚੀ ਯਾਰ ਫਤਿਹ ਵੇਲ ਲੈ ਉਲਟੇ ਕੰਮ ਨੇ ਤੇ ਐਵੇਂ ਸਮਾਨ ਫਿਰ ਦੁਬਾਰਾ ਲੈ ਲਾਂਗੇ ਇਹੀ ਕੋਈ ਮੁੱਖ ਚੱਲੇ ਸਮਾਨ ਹੈ ਦੁਨੀਆਂ ਤੋਂ ਐਵੇਂ ਕੈਰੀ ਬੈਗ ਕਹਿੰਦਾ ਲੈਣਾ ਨੀ ਆਪਾਂ ਹੱਥੇ ਫੜ ਕੇ ਲੈ ਜਾਵਾਂਗੇ ਸਮਾਨ ਸਾਰੇ ਲੈਣਾ ਗੱਡੀ ਦੇ ਵਿੱਚ ਬੜੇ ਪਏ ਨੇ ਸਾਡੇ ਤੇ ਗੱਡੀ 'ਚ ਪਾਵਾਂਗੇ ਸਮਾਨ ਬਾਹਰ ਹਾਂ ਬਾਬਾ ਮਹਿੰਗਾ 20-25 ਦਾ ਲਾਉਂਦੇ ਹੋਣੇ ਅਤੇ ਪਾੜ ਕੇ ਹੋ ਜਾਂਦਾ ਪਰ ਸਾਡੇ ਬੈਗ ਵਾਧੂ ਪਏ ਨੇ ਗੱਡੀ ਬਾਹਰ ਟਰੋਲੀ ਕਰਕੇ ਅਤੇ ਉੱਥੇ ਗੱਡੀ ਦੇ ਪੈਸੇ ਬਚਾਓ ਸੇਵ ਮਨੀ ਜਿੱਥੋਂ ਬਚਦੇ ਨੇ ਬਚਾਓ ਫਤਿਹ ਪਾਲਾ ਕੈਰੀ ਬੈਗ ਪਾਓ ਆਪਣਾ ਸਮਾਨ ਜਲਦੀ ਆ ਜਾ ਅੱਗੇ ਆ ਜਾਓ ਆ ਜਾਓ ਗੱਡੀਆਂ ਰੁਕ ਜਾ ਵੀਰੇ ਰੁਕ ਕਿਹੜੀ ਕਿਹੜੀ ਸਬਜ਼ੀ ਲੈਣੀ ਫਿਰ ਸਲੈਕਟ ਕਰ ਕਿਉਂ ਤੂੰ ਕਿਉਂ ਲੈਣੀ ਖਾਣੀ ਨਹੀਂ ਆ ਤੂੰ ਫਤਿਹ ਸਬਜ਼ੀਆਂ ਸੁਬਜ਼ੀਆਂ ਖਾਇਆ ਕਰੋ ਲੈ ਲੈ ਚਿੱਬੜ ਲੱਗਦਾ ਨਾ ਚਿੱਬੜ ਚਿੱਬੜ ਜਿਹੇ ਵਰਗਾ ਹੁੰਦਾ ਪਤਾ ਨਹੀਂ ਕੀ ਕਹਿੰਦੇ ਨੇ ਉਹਨੂੰ ਲੈ ਲੈ ਮੇਰਾ ਬੱਚੂ ਆਹ ਲੈ ਲਓ ਯਾਰ ਅਚਾਰ ਵਾਲੀ ਮਜ਼ੇਦਾਰ ਇਹਦਾ ਅਚਾਰ ਬੜਾ ਟੇਸਟੀ ਪੈਂਦਾ ਬਰੋਕੋਲਾ ਨੀ ਗੋਪਾ ਦਿਸ ਇਜ਼ ਗੋਪਾ ਨੋਟ ਗੋਪੀ ਗੋਪੀ ਹੁੰਦੀ ਲਿਟਲ ਲਾਈਕ ਆ ਗੋਪੀ ਐਂਡ ਦਿਸ ਵਨ ਇਜ਼ ਗੋਪਾ ਬਿਗੈਸਟ ਫੁੱਲ ਮੰਡੀ ਦਾ ਸਭ ਤੋਂ ਵੱਡਾ ਫੁੱਲ ਹੈ ਤੇ 1,00,000 ਰੁਪਏ ਦਾ ਵਿਕੇਗਾ ਅੱਜ ਸਭ ਤੋਂ ਕੀਮਤੀ ਫੁੱਲ ਹੈ ਪਾਈਏ ਨਾ ਕੀ ਬਣਿਆ ਅੱਧਾ ਕਿਲੋ ਕਰ ਦੇ ਵੀਰੇ ਚਾਰ ਪਏਗਾ ਤੇ ਨਜ਼ਾਰਾ ਵੀ ਆਏਗਾ ਅੱਗੇ ਮੌਸਮ ਵਧੀਆ ਮਿਰਚਾਂ ਦੇ ਚਾਰ ਦਾ ਆਨੰਦ ਆਏ ਕਰੇਗਾ ਖਾਣ ਦਾ ਐਪਲ ਦੇ ਮਿੱਠੇ ਗਰੰਟੀ ਮਿੱਠੇ ਛੋਟੇ ਵਾਲੇ ਉਹ ਲੈ ਲਓ ਛੋਟੇ ਵਾਲੇ ਦਿਓ ਸੇਬ ਤੇ ਸਾਰੀ ਵਧੀਆ ਮਾਰਕੀਟ ਸੇਬ ਹੀ ਸੇਬ ਹੋਏ ਪਏ ਨੇ ਵਾਧੂ ਆ ਜਾਣੇ ਨੇ ਹੁਣ ਤੇ
ਖਾ ਕੇ ਵੇਖ ਲੈਣਾ ਇੱਕ ਇੱਕ ਪੀਸ ਪਤਾ ਕੇ ਡੈਣਾ ਸ਼ੁਕਰ ਸੇਬ ਆਏ ਨੇ ਹੋਰ ਚੱਜ ਦਾ ਫਰੂਟ ਹੁੰਦਾ ਵੀ ਕਦੀ ਗੰਦੇ ਮੰਦੇ ਫਰੂਟ ਹੁੰਦੇ ਨੇ ਸਾਰੇ ਸ਼ੁਕਰ ਹੈ ਐਪਲ ਆਏ ਨੇ ਐਪਲ ਸਭ ਤੋਂ ਵਧੀਆ ਚੀਜ਼ ਹੈ ਲੋ ਜੀ ਵੇਖੋ ਅੱਜ ਰੇਨਬੋ ਇੰਦਰ ਧਨੁਸ਼ ਬੜੇ ਟਾਈਮ ਬਾਅਦ ਨਜ਼ਰ ਆਇਆ ਅਚਾਨਕ ਹੀ ਨਜ਼ਰ ਪੈ ਗਈ ਮੇਰੀ ਰੋਡ 'ਤੇ ਜਾਂਦਾ ਪਿਆ ਮੈਂ ਅਤੇ ਅੱਜ ਵੈਦਰ ਬਾਹਲਾ ਬਹੁਤ ਜ਼ਬਰਦਸਤ ਹੈ ਐਨ ਠੰਡੀ ਹਵਾ ਜਿਵੇਂ ਪਹਾੜਾਂ 'ਚ ਵਗਦੀ ਹੈ ਠੰਡੀ ਠੰਡੀ ਹਵਾ ਹੈ ਅਤੇ ਸਿਰਾ ਹੀ ਹੋਇਆ ਪਿਆ ਸਿਰਾ ਕਿਆ ਬਾਤਾਂ ਨੇ ਸ਼ੁਕਰ ਹੈ ਫਰੈਂਡਸ ਮੰਮਾ ਹਰੀ ਇੰਨੀ ਛੇਤੀ ਘਰ ਆ ਗਏ ਨੇ ਨਹੀਂ ਛੇਤੀ ਕੀ ਨੇਰਾ ਹੋ ਗਿਆ ਨਹੀਂ ਮਤਲਬ ਕਿ ਛੇਤੀ ਘਰ ਆ ਗਏ ਨੇ ਅਗਰ ਥੋੜਾ ਹੋਰ ਲੇਟ ਹੁੰਦਾ ਤੇ ਮੀਂਹ ਤੇਜ਼ ਹੋਣ ਵਾਲਾ ਹੈ ਆ ਗਿਆ ਹੁਣ ਸੈਰ ਕਰਨ ਦੇ ਸਨ ਫਿਰ ਮੀਂਹ ਆ ਗਿਆ ਮੀਂਹ ਤੇ ਹੱਥ ਮੁਕਾਈ ਪਈ ਹਨਾ ਬਾਤ ਕੀ ਤੇ ਪਤਾ ਨਹੀਂ ਕੀ ਸਿਸਟਮ ਚੀਕੂ ਤੈਨੂੰ ਕੋਈ ਨਹੀਂ ਲੱਗਦਾ ਤੇ ਨਹੀਂ ਦੂਸਰੇ ਦਿਨ ਫਿਰ ਪੈਗਾ ਬਸ ਐਵੇਂ ਹੀ ਹੁੰਦਾ ਮਜ਼ਾ ਆ ਰਿਹਾ ਪਰ ਅੱਜ ਮੌਸਮ ਬਸ ਹੁਣ ਬੈਟਰ ਹੋ ਚੱਲਿਆ ਹੁਣ ਤੇ ਮੌਸਮ ਬੜਾ ਵਧੀਆ ਇੰਨੀ ਗਰਮੀ ਨਹੀਂ ਹੈ ਜਿੰਨੀ ਪਹਿਲਾਂ ਹੁੰਦੀ ਪਰ ਬੇਟਾ ਤੁਸੀਂ ਕਿਹੜਾ ਏਸੀ ਬੰਦ ਕਰਦੇ ਸਾਰੀ ਰਾਤ ਨਹੀਂ ਤੁਸੀਂ ਏਸੀ ਬੰਦ ਕਰਦੇ ਇੰਨਾ ਬੁਰਾ ਹਾਲ ਹੈ ਐਡੇ ਕਮਲੇ ਨਿਆਣੇ ਨਾ ਸਾਡੇ ਪੁੱਛੋ ਨਾ ਜੇ ਫਰੈਂਡਸ ਨੂੰ ਪੁੱਛਦੇ ਸੀ ਆਪਾਂ ਕਾਦੀ ਸ਼ੋਪਿੰਗ ਕੀਤੀ ਹੈ ਹਾਂਜੀ ਫਰੈਂਡਸ ਤੁਸੀਂ ਦੱਸੋ ਮੈਨੂੰ ਤੇ ਇਹਨਾਂ ਨੇ ਦੱਸਿਆ ਕੋ ਨਹੀਂ ਕਿ ਇਹਨਾਂ ਨੇ ਕਿਹਦੀ ਸ਼ੋਪਿੰਗ ਕੀਤੀ ਆਪਾਂ ਨਵੇਂ ਚੈਲੰਜ ਦੀ ਸ਼ੋਪਿੰਗ ਦੀ ਮੇਰੇ ਅੱਖਾਂ ਲੋ ਗਿੱਲੀਆਂ ਹਾਂ ਕਿਸ ਕਿਹੜਾ ਚੈਲੰਜ ਹੈ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਫਿਰ ਹੁਣ ਵਲੌਗ ਦਾ ਕਰੋ ਐਂਡ ਬਈ ਰਾਤ ਹੋ ਗਈ ਹੈ ਫਿਰ ਲੰਗਰ ਪਾਣੀ ਛਕੀਏ ਤੇ ਸੋਈਏ ਚਲੋ ਫਰੈਂਡਸ ਅਸੀਂ ਕਰਨੇ ਆਪਣੇ ਇਸ ਲੱਗਦਾ ਇੱਥੇ ਐਂਡ ਉਮੀਦ ਕਰਨੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਅੱਛਾ ਲੱਗਾ ਹੋਵੇਗਾ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਕਮੈਂਟ ਕਰਿਓ ਹਾਂਜੀ ਕੀ ਅਸੀਂ ਕੀ ਕਰ ਰਹੇ ਹੋ ਦੱਸੋ ਕਮੈਂਟ ਬੋਲੋ ਬੋਲੋ ਚਲੋ ਛੱਡੋ ਫਰੈਂਡਸ ਕਮੈਂਟ ਕਰਕੇ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੇ ਜੇ ਮਿਲਦੇ ਤੁਹਾਨੂੰ ਫਿਰ ਇੱਕ ਨਵੀਂ ਵਲੌਗ ਦੇ ਨਾਲ ਉਦੋਂ ਤੱਕ ਲਈ ਗੁੱਡ ਨਾਈਟ ਸਵੀਟ ਡ੍ਰੀਮ ਬਾਏ ਚੱਕੂ ਰਾਮ ਚੱਕੀ ਵੜਦੇ